ਆਪਣੀ ਮਿਹਨਤ ਕਰਕੇ ਪੰਜਾਬ ਮੰਤਰੀ ਸਾਹਿਬ ਦੇ ਕੋਲ ਜਾ ਕੇ ਸ਼ਮਸ਼ੇਰ ਸਿੰਘ ਜੀ ਹਲਕਾ ਇੰਚਾਰਜ ਦੀਨਾ ਨਗਰ, ਜਿਹੜੇ ਬਿਜਲੀ ਬੋਰਡ ਅੰਮ੍ਰਿਤਸਰ, ਸਾਰੇ ਜਿੰਨੇ ਅਫਸਰ ਸਿਰੇ ਦਾ ਨਾਂ ਲਵਾਂਗਾ, ਸਮਾਂ ਬਹੁਤ ਲੱਗੇ। ਵੀ ਪਾਰਟੀ ਆਮ ਆਦਮੀ ਪਾਰਟੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਲੋਕ ਅਜੇ ਵੀ ਆ ਰਹੇ ਨੇ, ਘੱਟ ਨੇ। ਹੁਣ ਖੂਬੀ ਦੇ ਨਾਲ ਅੱਜ ਬੜੇ ਲੰਬੇ ਸਮੇਂ ਤੋਂ ਇਸ ਗੁਰਦਾਸਪੁਰ ਜ਼ਿਲ੍ਹੇ ਦੀ, ਮੈਂ ਤਾਂ ਕਹੂੰਗਾ, ਮੰਗ ਸੀਗੀ, ਬੜੀ ਵੱਡੀ ਮੰਗ ਸੀਗੀ, ਕਿਉਂਕਿ ਜਿਹੜੀ ਬਿਜਲੀ ਦੀ ਸਪਲਾਈ ਹੈ ਨਾ, ਇਹ ਨਿਰਵਿਘਨ ਜਿਹੜੀ ਆ ਹਰ ਇੱਕ ਨੂੰ ਮਿਲਣੀ ਚਾਹੀਦੀ ਆ, ਪਰ ਇਹ ਇਲਾਕਾ ਜਿਹੜਾ ਇਸ ਚੀਜ਼ ਤੋਂ ਲੰਬੇ ਸਮੇਂ ਤੋਂ ਵਾਂਝਿਆ ਪਿਆ ਸੀਗਾ। ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਾਹਿਬ ਰਮਨ ਬਹਿਲ ਜੀ, ਸਰਦਾਰ ਸ਼ਮਸ਼ੇਰ ਸਿੰਘ ਜੀ, ਰੰਧਾਵਾ ਸਾਹਿਬ, ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ। ਮੇਰੇ ਕੋਲ ਆਮ ਤੌਰ 'ਤੇ ਹੀ ਇਹ ਮੈਨੂੰ ਮਿਲਦੇ ਰਹਿੰਦੇ ਹੁੰਦੇ ਸੀਗੇ, ਅਤੇ ਕਹਿੰਦੇ ਸੀਗੇ ਕਿ ਇੱਕ 66 KV ਦਾ ਜਿਹੜਾ ਇੱਕ ਇੱਥੇ ਸਬ ਸਟੇਸ਼ਨ ਜਿਹੜਾ ਸਥਾਪਿਤ ਕਰ ਦਿੱਤਾ ਜਾਵੇ, ਅਤੇ ਸਾਡੇ ਲਗਭਗ 21 ਪਿੰਡ ਜਿਹੜੇ ਨੇ ਉਹਨਾਂ ਨੂੰ ਉਹ ਬੜੇ ਸੌਖੇ ਹੋ ਸਕਦੇ ਨੇ, ਉਹਨਾਂ ਨੂੰ ਸਪਲਾਈ ਵਧੀਆ ਹੋ ਸਕਦੀ ਆ। ਸੋ ਇਹਨਾਂ ਨੇ ਜੋ ਹੁਕਮ ਲਾਇਆ ਸੀਗਾ ਉਹ ਅਸੀਂ ਪੂਰਾ ਕੀਤਾ। ਵੈਸੇ ਵੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ, ਅਸੀਂ ਤਾਂ ਸ਼ੁਰੂ ਤੋਂ ਹੀ ਜਿਸ ਦਿਨ ਤੋਂ ਮਤਲਬ ਕਾਰਜਭਾਰ ਸੰਭਾਲਿਆ ਉਸ ਦਿਨ ਤੋਂ ਹੀ ਲੋਕ ਹਿੱਤ ਦੇ ਵਿੱਚ ਜਿਹੜੇ ਆ ਉਹ ਫੈਸਲੇ ਜਿਹੜੇ ਆ ਉਹ ਲੈ ਰਹੇ ਹਾਂ। ਇਹ 66 KV ਦਾ ਸਬ ਸਟੇਸ਼ਨ ਜਿਹੜਾ, ਇਹਦੇ 'ਚ ਚੱਕ ਰਾਈਆਂ ਦੀ ਪੰਚਾਇਤ ਨੂੰ ਮੈਂ ਖਾਸ ਤੌਰ 'ਤੇ ਵਧਾਈ ਦੇਣਾ ਚਾਹੂੰਗਾ, ਜਿਨ੍ਹਾਂ ਨੇ 2 ਏਕੜ ਦੀ ਜ਼ਮੀਨ ਜਿਹੜੀ ਆ ਉਹ ਬਿਜਲੀ ਬੋਰਡ ਨੂੰ ਦਿੱਤੀ, ਅਤੇ ਤਾਂ ਹੀ ਇਹ ਸੰਭਵ ਹੋ ਸਕਿਆ ਕਿ ਇੱਥੇ ਅਸੀਂ 66 KV ਦਾ ਸਬ ਸਟੇਸ਼ਨ ਸਥਾਪਿਤ ਕੀਤਾ। ਲਗਭਗ 5 ਕਰੋੜ ਰੁਪਏ ਦਾ ਇਹਤੇ ਖਰਚਾ ਜਿਹੜਾ ਆ ਉਹ ਆਉਣਾ ਹੈ, ਔਰ ਅਗਲੇ ਜਿਹੜਾ ਝੋਨੇ ਦਾ ਸੀਜ਼ਨ ਆ ਉਸ ਤੋਂ ਪਹਿਲਾਂ ਅਸੀਂ ਇਹਨੂੰ ਨਾ ਓਪਰੇਟਿਵ ਕਰ ਦਿਆਂਗੇ। ਉਹ ਪਿਛਲੇ ਦਿਨੀ ਜਦੋਂ ਬੱਸ ਸਟੈਂਡ ਦਾ ਉਦਘਾਟਨ ਹੋਇਆ ਉਦੋਂ ਮੁੱਖ ਮੰਤਰੀ ਸਾਹਿਬ ਇੱਥੇ ਆਏ, ਔਰ ਮੇਰੇ ਕੀਤੇ ਹੋਏ ਕੰਮਾਂ 'ਤੇ ਉਹਨਾਂ ਨੇ ਆ ਕੇ ਇੱਥੇ ਉਹਦਾ ਉਦਘਾਟਨ ਕਰਕੇ ਗਏ। ਜਦਕਿ ਉਹਨਾਂ ਨੇ ਮੇਰੇ ਨਾਲ ਇਹ ਵੀ ਕਮਿਟਮੈਂਟ ਕੀਤੀ ਕਿ ਮੈਂ ਉਦਘਾਟਨ ਨਹੀਂ ਕਰਾਂਗਾ ਅਤੇ ਦੋਨੋਂ ਭਰਾ ਇਕੱਠੇ ਕਰਾਂਗੇ, ਤੁਸੀਂ ਬੜੀ ਮਿਹਨਤ ਕੀਤੀ ਆ, ਬਟ ਐਨੀ ਹੋ ਕੋਈ ਗੱਲ ਨਹੀਂ, ਕਰ ਗਏ ਆਪਾਂ ਨੂੰ ਤਾਂ ਲੋਕਾਂ ਨੂੰ ਚੀਜ਼ ਦੇਣੀ ਆ ਉਹ ਮਿਲ ਗਈ, ਮੈਨੂੰ ਬੜੀ ਖੁਸ਼ੀ ਆ। ਪਰ ਕਿਤੇ ਨਾ ਕਿਤੇ ਮੈਂ ਇਹ ਸਮਝਦਾ ਕਿ ਮੁੱਖ ਮੰਤਰੀ ਤੋਂ ਲੈ ਕੇ ਜਿੰਨੇ ਇਹਨਾਂ ਦੇ ਥੱਲੇ, ਚਾਹੇ MLA ਆ ਚਾਹੇ ਇਹਨਾਂ ਦੇ ਕੋਈ, ਕਿਉਂਕਿ ਮੈਂ ਸੌਰੀ ਟੂ ਯੂਜ਼ ਦਿਸ ਵਰਡ, ਕਿਉਂਕਿ ਇਹਨਾਂ ਦਾ ਹੀ ਦਿੱਤਾ ਹੋਇਆ, ਇਹਨਾਂ ਦੇ ਵਜ਼ੀਰਾਂ ਨੇ ਜਿਹੜੇ ਅਮਨ ਅਰੋੜਾ ਜੀ ਔਰ ਸਾਰੇ ਇਹਨਾਂ ਦੇ, ਇਹ ਹਲਕਾ ਇੰਚਾਰਜ ਨਹੀਂ, ਹਲਕੇ ਹੋਏ ਇੰਚਾਰਜ ਕਹਿੰਦੇ ਹੁੰਦੇ ਸੀ। ਅਤੇ ਮੈਂ ਵੀ ਇਹ ਕਹਿੰਦਾ ਕਿ ਜਿਹੜੇ ਇਹਨਾਂ ਦੇ ਹਲਕੇ ਹੋਏ ਇੰਚਾਰਜ ਨੇ ਉਹ ਲੋਕਾਂ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਕਹਿੰਦੇ ਨੇ ਜੀ ਬੂਰ ਪੈ ਗਿਆ ਜੀ, ਬੜਾ ਹੀ ਮਿਹਨਤ ਕੀਤੀ ਆ। ਸੋ ਅੱਜ ਮੇਰੀ ਬੇਸਿਕਲੀ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹ ਆ ਕਿ ਜਿੰਨੇ ਵੀ ਮੇਰੇ ਕੀਤੇ ਹੋਏ ਕੰਮ ਆ ਉਹਨਾਂ ਨੂੰ 6-6 ਮਹੀਨੇ ਸਾਲ ਡਿਲੇ ਕਰਕੇ, ਔਰ ਉਸ ਤੋਂ ਬਾਅਦ ਆਪਣੇ ਵਜ਼ੀਰਾਂ ਨੂੰ ਆਪਣੇ ਮੁੱਖ ਮੰਤਰੀ ਨੂੰ ਸੱਦ ਕੇ ਅਤੇ ਉਹ ਮੇਰੇ ਕੀਤੇ ਹੋਏ ਕੰਮਾਂ 'ਤੇ ਉਦਘਾਟਨ ਕੀਤੇ ਜਾ ਰਹੇ ਆ। ਪਰ ਮੈਨੂੰ ਇਤਰਾਜ਼ ਕੋਈ ਨਹੀਂ, ਮੈਂ ਚਾਹੁੰਦਾ ਅਤੇ ਅੱਜ ਵੀ ਜਿਹੜਾ 66 KV ਸਬ ਸਟੇਸ਼ਨ ਚੱਕਰਾਈਆਂ ਦੇ ਵਿੱਚ ਜਿਹੜਾ ਉਹਦਾ ਬਿਜਲੀ ਮੰਤਰੀ ਹਰਭਜਨ ETO ਜੀ ਉਦਘਾਟਨ ਕਰਨ ਆ ਰਿਹਾ, ਮੈਂ ਚਾਹੁੰਦਾ ਤਾਂ ਉੱਥੇ ਅੱਜ ਵੀ ਜਾ ਸਕਦਾ ਸੀਗਾ, ਮੈਨੂੰ ਕੋਈ ਤਾਕਤ ਰੋਕ ਨਹੀਂ ਸਕਦੀ। ਪਰ ਕਿਤੇ ਨਾ ਕਿਤੇ ਜੇ ਮੈਂ ਜਾਂਦਾ ਹਾਂ ਤਾਂ ਫਿਰ ਨੁਕਸਾਨ ਅਲਟੀਮੇਟਲੀ ਮੇਰੇ ਇਲਾਕੇ ਨੂੰ ਹੁੰਦਾ ਆ, ਉਹ ਕੰਮ ਡਿਲੇ ਕਰ ਦੇਣਗੇ, ਰੁਕ ਜਾਏਗਾ, ਪਰ ਮੈਨੂੰ ਪਤਾ ਕਿ ਉਹ ਕਿੱਡੀ ਵੱਡੀ ਮਜਬੂਰੀ ਆ ਲੋਕਾਂ ਦੀ। ਸੋ ਉਹਦੇ ਸੰਬੰਧ 'ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 12/10/21 ਨੂੰ ਮੈਂ ਆਹ ਲੈਟਰ ਲਿਖੀ ਆ,
ਜਿਹਦੇ 'ਚ ਲਿਖਿਆ ਹੋਇਆ ਕਿ ਮੇਰੇ ਗੁਰਦਾਸਪੁਰ ਅਧੀਨ ਪਿੰਡ ਪੈਂਦੇ ਚੱਕ ਰਾਈਆਂ ਵਿੱਚ ਤਕਰੀਬਨ 50-60 ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਨਹੀਂ ਮਿਲ ਰਹੀ ਅਤੇ ਵੋਲਟੇਜ ਡਰੋਪਸ ਦੀ ਸਮੱਸਿਆ ਆ ਰਹੀ ਹੈ। ਅਤੇ ਇਹ ਆ ਸਾਰੀ ਡਿਟੇਲ ਆ ਜਿਹਦੇ 'ਚ ਇਹ ਲਿਖ ਕੇ ਅਤੇ ਇਹ ਮੈਂ ਚੀਫ ਮਿਨਿਸਟਰ ਆਫਿਸ ਨੂੰ ਲਿਖਿਆ, ਜਿੱਥੇ ਕਾਰਵਾਈ ਕਰਦੇ ਉਸ ਤੋਂ ਬਾਅਦ 22/12/21 ਨੂੰ ਇਹ ਲਿਖੀ ਆ, 28/21 ਨੂੰ ਚੀਫ ਮਿਨਿਸਟਰ ਆਫਿਸ ਨੇ ਅੱਗੇ ਜਿਹੜੀ ਆ ਚਿੱਠੀ ਲਿਖਤੀ ਮੁੱਖ ਇੰਜੀਨੀਅਰ ਅੰਮ੍ਰਿਤਸਰ ਨੂੰ ਕਿ ਇਹਦੇ 'ਤੇ ਤੁਰੰਤ ਜੋ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਨੇ ਕਿਹਾ ਅਤੇ ਤੁਰੰਤ ਕਾਰਵਾਈ ਕੀਤੀ ਜਾਵੇ। ਇਹ ਚਿੱਠੀ ਆ ਉਹ ਜਿਹੜੀ ਆ, ਔਰ ਇਸ ਤੋਂ ਬਾਅਦ ਉਹ ਜਿਹੜੀ ਕਾਰਵਾਈ ਚੱਲ ਕੇ ਅਤੇ ਅੱਜ, ਔਰ ਨਾਲੇ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਪੰਚਾਇਤ ਮੇਰੀ ਨੇ 2019 ਦੇ ਵਿੱਚ ਉਹਦਾ ਮਤਾ ਸ਼ਾਇਦ 19 'ਚ ਹੀ ਪਾਇਆ, 2019 'ਚ ਮੈਂ ਉਹਦਾ ਮਤਾ ਪਵਾ ਲਿਆ ਜਦੋਂ ਜਾਖੜ ਸਾਹਿਬ ਦੀ ਇਲੈਕਸ਼ਨ ਸੀਗੀ ਉਸ ਤੋਂ ਥੋੜ੍ਹੇ ਦਿਨਾਂ ਬਾਅਦ, ਔਰ 2 ਏਕੜ ਲੈਂਡ ਵੀ ਜਿਹੜੀ ਆ ਮੈਂ ਉਹਦੇ ਲਈ ਪ੍ਰੋਵਾਈਡ ਕੀਤੀ ਆ, ਔਰ ਲਗਾਤਾਰ ਉਹਦੇ ਲਈ ਐਫਰਟ ਕੀਤੇ। ਇਹਦੇ ਲਈ ਮੈਂ ਮੰਤਰੀ ਨੂੰ ਵੀ ਮਿਲਿਆ ਉਸ ਸਮੇਂ ਦੇ ਸੈਕਟਰੀ ਨੂੰ ਵੀ ਮਿਲਿਆ, ਉਸ ਸਮੇਂ ਦੇ ਚੇਅਰਮੈਨ ਨੂੰ ਵੀ ਮਿਲਿਆ, ਔਰ ਤਕਰੀਬਨ ਇਸ ਕਾਰਜ ਨੂੰ ਸਿਰੇ ਚਾੜ ਲਿਆ ਸੀਗਾ। ਜਦੋਂ ਇਹਨਾਂ ਦੀ ਗਵਰਨਮੈਂਟ ਆਈ ਇਹਨਾਂ ਨੇ ਉਸ ਕੰਮ ਨੂੰ ਡਿਲੇਅ ਕਰਤਾ, ਜਿਵੇਂ ਕਿ ਬੱਸ ਸਟੈਂਡ ਸਾਲ ਬਾਅਦ ਉਦਘਾਟਨ ਕੀਤਾ, ਅਤੇ ਹੁਣ ਵੀ ਉਸੇ ਤਰੀਕੇ ਦੇ ਨਾਲ ਉਹਨੂੰ ਡਿਲੇਅ ਕਰਕੇ, ਅਤੇ ਆਹ ਮੈਂ ਦੇਖ ਰਿਹਾ ਸੀ ਅੱਜ ਸਵੇਰੇ ਜਦੋਂ ਉੱਠਿਆ ਅਖਬਾਰਾਂ 'ਚ ਲਿਖਿਆ ਕਿ ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ। ਯਾਰ ਮੈਂ ਤਾਂ ਸਬੂਤਾਂ ਨਾਲ ਕਹਿ ਰਿਹਾ, ਕਿਹੜਾ ਬੂਰ ਪਿਆ ਬਈ? ਤੈਨੂੰ ਤਾਂ ਆਪਣੇ ਆਪ ਨੂੰ ਬੂਰ ਨਹੀਂ ਪਿਆ ਤਾਂ ਤੂੰ ਲੋਕਾਂ ਨੂੰ ਬੂਰ ਕੀ ਪਾਉਣਾ? ਆਪਣਾ ਕੰਮ ਦੱਸ, ਕੋਈ ਆਪਦਾ ਕੰਮ, ਕੋਈ 2-2.5 ਸਾਲ ਨਿਕਲ ਗਏ ਆ, ਕੋਈ ਆਪਦਾ ਨਵਾਂ ਕੰਮ ਕਰਕੇ ਦੱਸੋ ਕਿ ਜਾਂ ਜਿਹੜੇ ਮੇਰੇ ਕੀਤੇ ਕੰਮ ਆ ਉਹਨਾਂ ਦੇ ਉਦਘਾਟਨ ਕਰਨੇ ਆ।